ओंकार सतगुर प्रसाद गौड़ी बामन अखरी महला पंजवा श्लोक गुरुदेव माता गुरुदेव पिता गुरुदेव स्वामी परमेश्वरा गुरुदेव सखा अज्ञान भंजन गुरुदेव बंदब सहोदरा गुरुदेव दाता हर नाम उपदेश गुरुदेव मंत्र निरोधरा गुरुदेव शांत सत बुद्ध मूरत गुरुदेव पारस परस्परा गुरुदेव तीर्थ अमृत सरोवर गुरु ज्ञान मजन अपरंपरा गुरुदेव कर्ता सब पाप हरता गुरुदेव पतित पवित करा गुरुदेव आद जुगाद जुग जुग गुरुदेव मंत्र हर जप उदरा गुरुदेव संगत प्रभ मेल कर कृपा हम मूढ़ पापी जित लग तरा गुरुदेव सतगुर पार ब्रह्म परमेश्वर गुरुदेव नानक हर नमस्कार वाहिगुरु जी का खालसा वाहिगुरु जी की फतेह। ये पवित्र बाणी जिसका सिरलेख गौड़ी बावन अखरी महला पंजम। गौड़ी राग का नाम है बावन अखरी बवंजा अखर वाली बाणी। महला पंजवा श्री गुरु नानक देव जी महाराज का पंजवा स्वरूप। क्योंकि गुरमत का यह सिद्धांत है जोत ओहा जुगत साए सह काया फेर पलटी। जोत ओही कम कर रही है जुगती भी ओही है सिर्फ काया दा चोला बदलिया जाता। हुण इस बावन बाणी दे अंदर जिसका नाम बावन अखरी है ये कुछ लोग कहते हैं कि बावन अखरी किमें है गुरमुखी दे तां 35 अखर ने। असल विच पुरातन कवि शायर लगा मात्रा नू रला मिला के इस नू बावन अखरी कहते। असी इस दी बहुती गहराई विच या बहस विच नहीं जाते। अखरी अर्थ यह हैं कि गौड़ी राग है बावन अखरी और पंजवें पातशाह दे मुखारविंद तो उच्चारण की। इसका सब तो पहला आरंभ इस श्लोक तो होंदा है जिस श्लोक दे अंदर हर पंक्ति विच गुरदेव अखर दी वरतों की गई। इसलिए जरूरी है कि असी ये समझना करिए कि साडे जीवन विच गुरदेव दी कितनी महत्ता है। आसा की वार विच असी रोज़ पढ़ते हाँ जे सौ चंदा उगवें सूरज चढ़े हजार एते चानण होंदे हाँ गुर बिन घोर अंधार। गुर बिन घोर अंधार गुरु बिन समझ ना आवे गुर बिन सुरत न सिद्ध गुरु बिन मुक्त न पावे। गुर कर सत विचार गुरु कर रे मन मेरे गुर कर शब्द सपुन अगन कट्टें सब तेरे। मनुख दे जीवन विच गुरु दी बड़ी वड्डी महत्ता है। छोटे हुंदिया तो सुनदे आए हैं गुरु बिना गत नहीं शाह बिना पत नहीं।
ਗੁਰੂ ਦੇ ਅਖਰੀ ਅਰਥ ਨੇ ਗੋ ਕਹੀਏ ਅੰਧੇਰਾ, ਰੂਹ ਕਹੀਏ ਪ੍ਰਕਾਸ਼ ਚਾਨਣ, ਜਿਹੜਾ ਅੰਧੇਰੇ ਵਿੱਚ ਪ੍ਰਕਾਸ਼ ਕਰੇ। ਭਾਵ ਆਪਣੇ ਉਪਦੇਸ਼ ਦੁਆਰਾ ਸਾਡੀ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ ਸਾਡੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰੇ। ਬਾਣੀ ਵਿੱਚ ਗੁਰੂ ਦੀ ਮਹੱਤਤਾ ਦੱਸਦਿਆਂ ਆਸਾ ਕੀ ਵਾਰ ਦੇ ਆਰੰਭ ਵਿੱਚ ਫੁਰਮਾਇਆ, ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ, ਦਿਨ ਵਿੱਚ 100-100 ਵਾਰੀ ਬਲਿਹਾਰ ਜਾਂਦਾ। ਕੋਈ ਆਖੇਗਾ ਕਿਉਂ? ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਹਨੇ ਸਾਨੂੰ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ, ਬੜੀ ਅਚੰਭੇ ਦੀ ਗੱਲ ਹੈ। ਦੇਵਤੇ ਅਤੇ ਮਨੁੱਖ ਵਿੱਚ ਕੀ ਫਰਕ ਹੈ? ਮਨੁੱਖ ਤਾਂ ਸਾਰੇ ਹੀ ਨੇ, ਪਰ ਜਿਨ੍ਹਾਂ ਵਿੱਚ ਦੈਵੀ ਗੁਣ, ਸ੍ਰੇਸ਼ਟ ਗੁਣ ਪੈਦਾ ਹੋ ਜਾਣ, ਉਹਨਾਂ ਨੂੰ ਅਸੀਂ ਦੇਵਤੇ ਕਹਿੰਦੇ ਹਾਂ, ਨੇਕ ਇਨਸਾਨ ਕਹਿੰਦੇ ਹਾਂ, ਭਲੇ ਪੁਰਸ਼ ਕਹਿੰਦੇ ਹਾਂ, ਮਹਾਂਪੁਰਸ਼ ਕਹਿੰਦੇ ਹਾਂ। ਤੋ ਗੱਲ ਕੀ? ਗੁਰੂ ਦੀ ਸੰਗਤ, ਗੁਰੂ ਦਾ ਉਪਦੇਸ਼ ਇਤਨਾ ਮਹੱਤਵਪੂਰਨ ਹੈ, ਇਸ ਲਈ ਸਾਰੀ ਗੁਰਬਾਣੀ ਦੇ ਅੰਦਰ ਗੁਰੂ ਦੀ ਮਹਿਮਾ ਬਾਰੰਬਾਰ ਵਰਣਨ ਕੀਤੀ ਗਈ। ਗੁਰੂ ਕੀ ਕਰਦਾ ਹੈ? ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਦੇਖੋ, ਦੁਨਿਆਵੀ ਤੌਰ 'ਤੇ ਵੀ ਕੋਈ ਕੰਮ ਸਿੱਖਣਾ ਹੋਵੇ, ਕੋਈ ਹੁਨਰ ਸਿੱਖਣਾ ਹੋਵੇ, ਕੋਈ ਟੈਕਨੀਕਲ ਕੰਮ ਸਿੱਖਣਾ ਹੋਵੇ, ਤਾਂ ਉਸਤਾਦ ਦੀ ਲੋੜ ਤਾਂ ਪੈਂਦੀ ਹੈ। ਕੋਈ ਅੱਖਰੀ ਵਿੱਦਿਆ ਦਾ ਗਿਆਨ ਲੈਣਾ ਹੋਵੇ ਤਾਂ ਵੀ ਕਿਸੇ ਨਾ ਕਿਸੇ ਨੂੰ ਗੁਰੂ ਧਾਰਨ ਕਰਨਾ ਪੈਂਦਾ, ਭਾਵ ਉਹਦੇ ਕੋਲੋਂ ਟੈਕਨੀਕ ਸਿੱਖਣੀ ਪੈਂਦੀ। ਇਸੇ ਤਰ੍ਹਾਂ ਪਾਤਸ਼ਾਹ ਪਰਮਾਤਮਾ ਨੇ ਇਸ ਜੀਵਨ ਦੀ ਸਫਲਤਾ ਲਈ ਗੁਰਦੇਵ ਦੀ ਬਹੁਤ ਵੱਡੀ ਪਦਵੀ ਹੈ। ਸਾਰੀ ਗੁਰਬਾਣੀ ਦੇ ਅੰਦਰ ਗੁਰੂ ਦੀ ਮਹਿਮਾ ਬਿਆਨ ਕੀਤੀ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਆਖਿਆ ਕੋਈ ਐਸਾ ਹੋਰ ਨਹੀਂ ਹੈਗਾ ਜਿਹੜਾ ਗੁਰੂ ਤੋਂ ਬਿਨਾਂ ਸਾਡੀ ਅਗਿਆਨਤਾ ਦਾ ਅੰਧੇਰਾ ਦੂਰ ਕਰ ਸਕੇ। ਲਓ, ਇਸ ਸ਼ਲੋਕ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ। ਮੇਰੇ ਲਈ ਤਾਂ ਗੁਰਦੇਵ ਹੀ ਮਾਤਾ ਹੈ, ਗੁਰਦੇਵ ਹੀ ਪਿਤਾ। ਭਾਵ ਮੇਰੀ ਅਧਿਆਤਮਿਕ ਜ਼ਿੰਦਗੀ ਨੂੰ ਸਵਾਰਨ ਵਾਲਾ, ਮੈਨੂੰ ਪਰਮੇਸ਼ਵਰ ਦੇ ਘਰ ਵਿੱਚ ਜਨਮ ਦੇਣ ਵਾਲਾ ਗੁਰਦੇਵ ਮਾਤਾ ਪਿਤਾ। ਜਿਵੇਂ ਮਾਤਾ ਪਿਤਾ ਦਾ ਜੀਵ ਦੇ ਸੰਸਾਰ ਵਿੱਚ ਆਉਣ ਦਾ ਵੱਡਾ ਰੋਲ ਹੈ, ਇਸੇ ਤਰ੍ਹਾਂ ਅਧਿਆਤਮਿਕ ਜ਼ਿੰਦਗੀ ਵਿੱਚ ਪ੍ਰਵੇਸ਼ ਕਰਨ ਲਈ ਗੁਰਦੇਵ ਦੀ ਬਹੁਤ ਵੱਡੀ ਪਦਵੀ ਹੈ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਲਈ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ। ਹਰ ਪੰਕਤੀ ਵਿੱਚ ਗੁਰਦੇਵ ਅੱਖਰ ਆ ਰਿਹਾ, ਇਹਦੇ ਅੱਖਰੀ ਅਰਥ ਸਾਨੂੰ ਸਮਝ ਲੈਣੇ ਚਾਹੀਦੇ। ਭਾਈ, ਜਿਨ੍ਹਾਂ ਨੇ ਸਾਡੇ ਜੀਵਨ ਨੂੰ ਬਦਲੇ, ਜਿਨ੍ਹਾਂ ਨੇ ਸਾਨੂੰ ਪਰਮੇਸ਼ਵਰ ਵਾਲੇ ਪਾਸੇ ਲਾਇਆ, ਰੋਜ਼ ਅਸੀਂ ਪੜ੍ਹਦੇ ਹਾਂ ਸਤਿਗੁਰੂ ਕੌਣ ਹੈ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤਿਗੁਰੂ ਅਤੇ ਸਿੱਖ ਦਾ ਰਿਸ਼ਤਾ ਕੀ ਹੈ? ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀਏ,
ਸਤਿਗੁਰੂ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰੂ ਸਿੱਖ ਕੋ ਜੀ ਨਾਲ ਸਮਾਰੇ। ਤੋ ਗੁਰੂ ਦਾ ਅਸਥਾਨ ਕਿਤਨਾ ਉੱਚਾ। ਪਹਿਲੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ। ਮੇਰੇ ਲਈ ਤਾਂ ਗੁਰਦੇਵ ਸਵਾਮੀ ਮਾਲਕ ਪਰਮੇਸ਼ੁਰ, ਕਿਉਂਕਿ ਉਹ ਪਰਮੇਸ਼ੁਰ ਦਾ ਗਿਆਨ ਕਰਾਉਂਦਾ, ਟੁੱਟਿਆ ਹੋਇਆਂ ਨੂੰ ਪਰਮੇਸ਼ੁਰ ਨਾਲ ਜੋੜਦਾ, ਭੁੱਲਿਆ ਹੋਇਆਂ ਨੂੰ ਰਸਤਾ ਪਾਉਂਦਾ। ਰੋਜ਼ ਅਸੀਂ ਪੜ੍ਹਦੇ ਹਾਂ, ਐਸਾ ਗੁਰ ਵੱਡ ਭਾਗੀ ਪਾਇਆ, ਭੁੱਲੇ ਮਾਰਗ ਜਿਹਨੇ ਬਤਾਇਆ। ਮਨੁੱਖ ਭੁੱਲ ਜਾਂਦਾ ਸੰਸਾਰ ਵਿੱਚ ਆ ਕੇ, ਸੰਸਾਰ ਦੀ ਰਚਨਾ ਵਿੱਚ ਰਚ ਕੇ ਪਰਮਾਤਮਾ ਨੂੰ ਭੁੱਲ ਜਾਂਦਾ। ਗੁਰੂ ਦੀ ਇੱਕ ਐਸੀ ਪਦਵੀ ਹੈ ਜੋ ਇਸ ਟੁੱਟੇ ਹੋਏ ਨੂੰ ਫਿਰ ਪਰਮੇਸ਼ੁਰ ਨਾਲ ਜੋੜਦਾ। ਗੁਰਦੇਵ ਸਖਾ ਅਗਿਆਨ ਭੰਜਨ, ਸਖਾ ਕਹਿੰਦੇ ਨੇ ਮਿੱਤਰ ਨੂੰ। ਠੀਕ ਹੈ, ਹਰ ਮਨੁੱਖ ਆਪਣੇ ਮਿੱਤਰ ਬਣਾਉਂਦਾ, ਔਰ ਮਿੱਤਰਾਂ ਤੋਂ ਬਿਨਾਂ ਜੀਵਨ ਜਿਹੜਾ ਹੈ ਉਹ ਨੀਰਸ ਹੋ ਜਾਂਦਾ। ਹਰ ਇੱਕ ਨੇ ਆਪਣੇ ਆਪਣੇ ਵਿਚਾਰਾਂ ਮੁਤਾਬਕ ਮਿੱਤਰ ਬਣਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਐਸਾ ਮਿੱਤਰ ਹੈ ਜਿਹੜਾ ਅਗਿਆਨ ਭੰਜਨ, ਸਾਡੇ ਅੰਦਰੋਂ ਅਗਿਆਨ ਦਾ ਨਾਸ਼ ਕਰਦਾ। ਗੁਰਦੇਵ ਬੰਧਵ ਸਹੋਦਰਾ, ਹਾਂ ਠੀਕ ਹੈ, ਦੁਨੀਆ ਵਿੱਚ ਬਹੁਤ ਰਿਸ਼ਤੇਦਾਰ ਨੇ, ਕੋਈ ਮਾਂ ਹੈ, ਕੋਈ ਪਿਓ ਹੈ, ਕੋਈ ਭੈਣ ਹੈ, ਪਰ ਮੇਰੇ ਵਾਸਤੇ ਤਾਂ ਗੁਰੂ ਹੀ ਸਭ ਤੋਂ ਵੱਡਾ ਰਿਸ਼ਤੇਦਾਰ ਹੈ, ਔਰ ਗੁਰੂ ਹੀ ਸਹੋਦਰਾ। ਇਹ ਅੱਖਰ ਜਿਹੜਾ ਹੈ ਇਸ ਨੂੰ ਥੋੜ੍ਹਾ ਜਿਹਾ ਸੰਧੀ ਛੇਦ ਕਰਨਾ ਪਵੇਗਾ। ਸਹਿ ਉਦਰਾ, ਉਦਰ ਕਹਿੰਦੇ ਨੇ ਪੇਟ ਨੂੰ, ਜਿਸ ਨੇ ਇੱਕੋ ਪੇਟ ਵਿੱਚੋਂ ਜਨਮ ਲਿਆ ਹੋਵੇ, ਜੇ ਭੈਣ ਹੋਵੇ ਤਾਂ ਉਹਨੂੰ ਕਹਾਂਗੇ ਸਹੋਦਰੀ, ਭਰਾ ਹੋਵੇ ਤਾਂ ਉਹਨੂੰ ਕਹਾਂਗੇ ਸਹੋਦਰਾ। ਭਾਵ ਇੱਕੋ ਹੀ ਪੇਟ ਤੋਂ ਜਨਮ ਲੈਣ ਵਾਲੇ ਭੈਣ ਅਤੇ ਭਰਾ ਕਹੇ ਜਾਂਦੇ ਨੇ। ਮੇਰੇ ਲਈ ਸਭ ਤੋਂ ਉੱਤਮ ਮਿੱਤਰ ਗੁਰਦੇਵ ਹੈ, ਜਿਨ੍ਹਾਂ ਨੇ ਆਪਣੇ ਉਪਦੇਸ਼ ਦੁਆਰਾ ਮੇਰੇ ਅੰਦਰੋਂ ਅਗਿਆਨਤਾ ਨੂੰ ਨਾਸ਼ ਕਰ ਦਿੱਤਾ, ਔਰ ਮੇਰੇ ਲਈ ਸਭ ਤੋਂ ਉੱਤਮ ਰਿਸ਼ਤੇਦਾਰ ਅਤੇ ਭਰਾ ਵੀ ਗੁਰਦੇਵ। ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ, ਗੁਰਦੇਵ ਐਸਾ ਦਾਤਾ ਹੈ। ਦਾਤਾ ਕਹਿੰਦੇ ਨੇ ਦੇਣ ਵਾਲੇ ਨੂੰ। ਦੁਨੀਆਂ ਵਿੱਚ ਦਾਨੀ ਬਹੁਤ ਨੇ, ਕੋਈ ਤੁਹਾਨੂੰ ਭੁੱਖ ਲੱਗੇ ਤਾਂ ਪ੍ਰਸ਼ਾਦਾ ਛਕਾਏਗਾ, ਕੋਈ ਕਿਸੇ ਲੋੜਵੰਦ ਨੂੰ ਕੱਪੜਾ ਦੇਵੇਗਾ, ਕੋਈ ਚਾਰ ਪੈਸੇ ਵੀ ਦੇਵੇਗਾ, ਪਰ ਗੁਰੂ ਐਸਾ ਦਾਤਾ ਹੈ, ਹਰ ਨਾਮ ਉਪਦੇਸ਼ ਹੈ, ਜਿਹੜਾ ਪਰਮਾਤਮਾ ਦੇ ਨਾਮ ਨਾਲ ਜੋੜਦਾ, ਜਿਹੜਾ ਸਾਨੂੰ ਇਹ ਸਮਝ ਦਿੰਦਾ ਕਿ ਆਹ ਜੋ ਕੁਝ ਤੁਸੀਂ ਦੁਨੀਆਂ ਦੇ ਪਦਾਰਥ ਇਕੱਠੇ ਕਰੀ ਫਿਰਦੇ ਹੋ, ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣ ਵਾਲੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ। ਇਹ ਗੁਰੂ ਸਾਨੂੰ ਗਿਆਨ ਬਖਸ਼ਦਾ, ਇਸ ਲਈ ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ। ਗੁਰਦੇਵ ਮੰਤ ਨਿਰੋਧਰਾ, ਇਹ ਨਿਰੋਧਰਾ ਸ਼ਬਦ ਜਿਹੜਾ ਇਹ ਨਿਰੋਧ ਤੋਂ ਬਣਿਆ। ਨਿਰੋਧ ਦਾ ਮਤਲਬ ਹੈ ਜਿਹੜਾ ਕਿਸੇ ਚੀਜ਼ ਨੂੰ ਰੋਕਣ ਵਾਲਾ, ਤਥਾ ਜਿਹੜਾ ਕਿਸੇ ਦੇ ਅਸਰ ਤੋਂ ਬਚਾਉਣ ਵਾਲਾ, ਇਹਨੂੰ ਨਿਰੋਧ ਕਰਕੇ ਕਿਹਾ ਜਾਂਦਾ। ਤੋ ਗੁਰੂ ਦਾ ਐਸਾ ਮੰਤਰ ਹੈ ਜਿਹੜਾ ਨਿਰੋਧਰਾ, ਜਿਸ ਨੂੰ ਕੋਈ ਵਿਕਾਰ ਰੋਕ ਨਹੀਂ ਪਾ ਸਕਦਾ, ਕੋਈ ਭੈੜਾ ਵਿਚਾਰ ਕੱਟ ਨਹੀਂ ਸਕਦਾ। ਮਤਲਬ ਕਹਿਣ ਤੋਂ ਜਿਸ ਮਨੁੱਖ ਦੇ ਕੋਲ ਗੁਰੂ ਦਾ ਮੰਤਰ ਹੈ, ਗੁਰੂ ਦਾ ਉਪਦੇਸ਼ ਹੈ, ਉਹਦੇ ਉੱਤੇ ਇਹਨਾਂ ਵਿਕਾਰਾਂ ਦਾ, ਭੈੜੇ ਵਿਚਾਰਾਂ ਦਾ ਕੋਈ ਅਸਰ ਨਹੀਂ ਹੁੰਦਾ। ਭਾਵ ਗੁਰੂ ਦਾ ਮੰਤਰ ਇੰਨਾ ਸ਼ਕਤੀਸ਼ਾਲੀ ਹੈ। ਗੁਰਦੇਵ ਸ਼ਾਂਤ ਸਤਿਬੁੱਧ ਮੂਰਤ, ਜੋ ਗੁਰਦੇਵ ਹੈ ਉਹ ਸ਼ਾਂਤੀ ਦਾ ਮੁਜੱਸਮਾ। ਕਿਤਨਾ ਵੀ ਤਪਦਾ, ਸੜਦਾ, ਭਟਕਦਾ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਏ, ਗੁਰੂ ਦਾ ਸ਼ਬਦ ਪੜ੍ਹੇ,
ਗੁਰੂ ਮੰਤਰ ਨਾਲ ਜੁੜੇ, ਉਹਦਾ ਮਨ ਸ਼ਾਂਤ ਹੋ ਜਾਏਗਾ, ਉਹਦੇ ਮਨ ਦੀ ਭਟਕਣਾ ਮੁੱਕ ਜਾਏਗੀ। ਇੱਥੇ ਤੱਕ ਕਿ ਇਹ ਜਿਹੜੀ ਤ੍ਰਿਸ਼ਨਾ ਹੈ ਜਿਸ ਨੂੰ ਅਸੀਂ ਪਦਾਰਥਾਂ ਦੇ ਨਾਲ ਬੁਝਾਉਣਾ ਚਾਹੁੰਦੇ ਹਾਂ, ਇਹ ਅੱਗ ਕਦੇ ਬੁਝਦੀ ਨਹੀਂ। ਇਹਦੇ ਬੁਝਾਉਣ ਦਾ ਤਰੀਕਾ ਇੱਕੋ ਇੱਕ ਹੈ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਕਿਉਂਕਿ ਗੁਰੂ ਸਾਨੂੰ ਉਸ ਪਰਮੇਸ਼ੁਰ ਨਾਲ ਜੋੜਦਾ ਅਤੇ ਦ੍ਰਿੜ ਕਰਾਉਂਦਾ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦੇਂਦੇ ਤੋਟ ਨ ਆਵਈ ਅਗਣਤ ਪਰੇ ਭੰਡਾਰ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜ਼ੀ ਦੇ। ਗੁਰੂ ਇਸ ਤਰ੍ਹਾਂ ਸਾਨੂੰ ਗਿਆਨ ਦੇ ਕੇ ਸ਼ਾਂਤੀ ਬਖਸ਼ਦਾ। ਦੇਖੋ ਭਟਕਣਾ ਅਤੇ ਸ਼ਾਂਤੀ ਦੋ ਸ਼ਬਦ ਅਸੀਂ ਆਮ ਵਰਤਦੇ, ਹਰ ਬੰਦੇ ਦੀ ਸ਼ਿਕਾਇਤ ਹੈ ਜੀ ਮੇਰਾ ਮਨ ਭਟਕਦਾ, ਮੇਰਾ ਮਨ ਡੋਲਦਾ ਹੈ। ਇਹਨੂੰ ਸ਼ਾਂਤ ਕਰਨ ਦਾ ਤਰੀਕਾ ਗੁਰੂ ਹੀ ਦੱਸਦਾ ਅਤੇ ਗੁਰੂ ਸਾਹਿਬ ਸਾਨੂੰ ਫਰਮਾਉਂਦੇ ਨੇ ਕਿ ਜੇ ਤੁਸੀਂ ਸ਼ਾਂਤ ਰਹਿਣਾ ਤਾਂ ਫਿਰ ਕੀ ਕਰੋ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਨ, ਜੋ ਮੰਗੈ ਸੋਈ ਸੋਈ ਪਾਵੇਂ, ਸੇਵ ਹਰ ਕੇ ਚਰਨ ਰਸਾਇਨ, ਜਨਮ ਮਰਨ ਦੋਹੂੰ ਤੇ ਛੂਟੈਂ, ਭਵਜਲ ਜਗਤ ਤਰਾਇਨ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਨ, ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਆਖਿਆ ਗੁਰਦੇਵ ਐਸੀ ਹਸਤੀ ਹਨ ਜਿਹੜੇ ਸ਼ਾਂਤੀ ਦੇਣ ਵਾਲੇ ਹਨ, ਜਿਹੜੇ ਸੱਚ ਨਾਲ ਜੋੜਨ ਵਾਲੇ ਹਨ, ਜਿਹੜੇ ਬੁੱਧੀ ਵਿੱਚ ਪ੍ਰਕਾਸ਼ ਕਰਨ ਵਾਲੇ ਹਨ, ਅਕਲ ਦੇਣ ਵਾਲੇ ਹਨ। ਗੁਰਦੇਵ ਪਰਸ ਪਰਸ ਪਰਾ, ਗੁਰਦੇਵ ਪਰਸ ਤੁਲ ਹਨ। ਪਰਸ ਦੇ ਸੰਬੰਧ ਵਿੱਚ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਪਾਰਸ ਇੱਕ ਐਸੀ ਵੱਟੀ ਹੈ ਜਿਹਦੇ ਨਾਲ ਛੂਹ ਕੇ ਲੋਹਾ ਸੋਨਾ ਬਣ ਜਾਂਦਾ, ਬੜੀ ਵੱਡੀ ਗੱਲ ਹੈ। ਗੁਰੂ ਰਾਮਦਾਸ ਜੀ ਨੇ ਪੁਸ਼ਟੀ ਵੀ ਕੀਤੀ ਕਿ ਗੁਰ ਪਾਰਸ ਹਮਲੋ ਮਿਲ ਕੰਚਨ ਹੋਇਆ ਰਾਮ, ਪਰ ਗੁਰੂ ਪਾਰਸ ਨਾਲੋਂ ਵੀ ਉੱਤੇ ਹੈ। ਦੇਖੋ ਪਾਰਸ ਤੇ ਲੋਹੇ ਤੋਂ ਸੋਨਾ ਬਣਾਉਂਦਾ, ਪਰ ਗੁਰੂ ਤਾਂ ਆਪਣੇ ਵਰਗਾ ਬਣਾ ਲੈਂਦਾ। ਸਾਡਾ ਇਤਿਹਾਸ ਮੌਜੂਦ ਹੈ, ਜੇ ਭਾਈ ਲਹਿਣਾ ਜੀ ਇੱਕ ਦੇਵੀ ਦੇ ਉਪਾਸ਼ਕ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਆਉਂਦੇ ਨੇ, ਉਹ ਕੀ ਬਣ ਨਿਬੜਦੇ ਨੇ? ਗੁਰੂ ਅੰਗਦ ਦੇਵ। ਸ਼੍ਰੀ ਅਮਰਦਾਸ ਜੀ ਗੰਗਾ ਦੀ ਯਾਤਰਾ ਕਰਨ ਵਾਲੇ, ਤੀਰਥਾਂ 'ਤੇ ਜਾਣ ਵਾਲੇ ਜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਅਤੇ ਸੇਵਾ ਕਰਕੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਬਣ ਜਾਂਦੇ ਨੇ। ਤੋ ਗੁਰੂ ਐਸਾ ਪਾਰਸ ਹੈ ਜਿਹਦੇ ਨਾਲ ਪਰਸ ਕੇ ਬਹੁਤ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ। ਇਹ ਸਾਰੀਆਂ ਗੱਲਾਂ ਸਾਨੂੰ ਗੁਰਬਾਣੀ ਨੂੰ ਔਰ ਇਤਿਹਾਸ ਨੂੰ ਪੜ੍ਹ ਕੇ ਪਤਾ ਲੱਗਣਗੀਆਂ। ਫਿਰ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨਿਆ ਪਰੰਪਰਾ। ਆਖਿਆ ਗੁਰੂ ਐਸਾ ਉੱਤਮ ਤੀਰਥ ਹੈ। ਠੀਕ ਹੈ, ਲੋਕ ਤੀਰਥਾਂ 'ਤੇ ਜਾਂਦੇ ਹਨ, ਤੀਰਥਾਂ ਵਿੱਚ ਪਾਣੀ ਹੈ, ਇਸ਼ਨਾਨ ਕਰਦੇ ਨੇ, ਪਰ ਗੁਰੂ ਵਿੱਚ ਤਾਂ ਨਾਮ ਰੂਪੀ ਅੰਮ੍ਰਿਤ ਦਾ ਸਰੋਵਰ ਹੈ, ਜਿਹਦੇ ਵਿੱਚ ਜਦੋਂ ਵੀ ਜਾਓ, ਜਦੋਂ ਵੀ ਜੁੜੋ, ਤੁਹਾਨੂੰ ਨਾਮ ਨਾਲ ਜੁੜਨ ਦੀ ਪ੍ਰੇਰਨਾ ਮਿਲੇਗੀ। ਔਰ ਗੁਰ ਗਿਆਨ ਮਜਨਿਆ ਪਰੰਪਰਾ, ਗੁਰੂ ਉਹ ਗਿਆਨ ਦਾ ਸੋਮਾ ਹੈ ਜਿਹਦੇ ਵਿੱਚ ਇਸ਼ਨਾਨ ਕਰਕੇ ਅਪਰੰਪਰਾ ਉਸ ਪਰੇ ਤੋਂ ਪਰੇ ਜੋ ਪਰਮਾਤਮਾ ਉਹਦੀ ਸੋਝੀ ਪ੍ਰਾਪਤ ਹੁੰਦੀ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਆਖਿਆ ਗੁਰੂ ਅਤੇ ਪਰਮੇਸ਼ਵਰ ਵਿੱਚ ਕੋਈ ਫਰਕ ਨਹੀਂ, ਗੁਰਦੇਵ ਸਭ ਕੁਝ ਨੂੰ ਕਰਨ ਵਾਲਾ ਹੈ, ਸਾਰੇ ਪਾਪਾਂ ਨੂੰ ਹਰਨ ਵਾਲਾ ਹੈ, ਔਰ ਗੁਰਦੇਵ ਪਤਿਤਾਂ ਨੂੰ ਪਵਿੱਤ ਕਰਨ ਵਾਲਾ। ਪੜ੍ਹੋ ਆਪਣਾ ਇਤਿਹਾਸ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾਂ ਪੁਰਬ ਮਨਾਇਆ ਜਾ ਰਿਹਾ,
ਹਰ ਪਾਸੇ ਉਹਨਾਂ ਦੇ ਕੀਤੇ ਹੋਏ ਪਰਉਪਕਾਰਾਂ ਦੀ ਚਰਚਾ ਵਿਚਾਰ ਹੋ ਰਹੀ ਹੈ। ਕਿਹਨਾਂ ਕਿਹਨਾਂ ਨੂੰ ਉਹਨਾਂ ਨੇ ਤਾਰਿਆ, ਕਿਹਨਾਂ ਕਿਹਨਾਂ ਨੂੰ ਪਵਿੱਤਰ ਕੀਤਾ। ਦੇਖੋ ਸ਼ੇਖ ਸੱਜਣ, ਜਿਸ ਨੂੰ ਸੱਜਣ ਠੱਗ ਵੀ ਕਿਹਾ ਜਾਂਦਾ, ਉਹਦਾ ਪਹਿਲਾ ਜੀਵਨ ਕੀ ਹੈ? ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸਨ, ਉਹਨਾਂ ਦੇ ਪਾਵਨ ਬਚਨ ਸੁਣ ਕੇ ਕਿਤਨੀ ਦੇਰ ਲੱਗੀ? ਪਾਪ ਕਰਦਿਆਂ ਤਾਂ ਉਸ ਨੂੰ ਕਿੰਨਾ ਸਮਾਂ ਲੱਗਿਆ? ਕਦੋਂ ਤੋਂ ਉਹ ਪਾਪ ਕਰਮ ਕਰ ਰਿਹਾ ਸੀ? ਪਤਾ ਨਹੀਂ ਕਿਤਨੇ ਬੰਦੇ ਉਹਨੇ ਮੌਤ ਦੇ ਘਾਟ ਉਤਾਰ ਦਿੱਤੇ, ਕਿਤਨਿਆਂ ਨੂੰ ਲੁੱਟਿਆ ਠੱਗਿਆ, ਕਿੰਨਿਆਂ ਦੇ ਲਹੂ ਵਿੱਚ ਹੱਥ ਰੰਗੇ। ਪਰ ਗੁਰੂ ਪਾਤਸ਼ਾਹ ਦੀ ਛੋਹ ਦੇ ਨਾਲ, ਉਹਨਾਂ ਦੇ ਪਵਿੱਤਰ ਬਚਨ ਸੁਣ ਕੇ ਉਹ ਅੱਤ ਦਰਜੇ ਦਾ ਪਤਿਤ ਪਾਪੀ ਵੀ ਪਵਿੱਤਰ ਹੋ ਗਿਆ। ਤਾਂ ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ। ਅੱਜ ਹੀ ਗੁਰਦੇਵ ਦੀ ਲੋੜ ਨਹੀਂ, ਆਦਿ ਮੁੱਢ ਤੋਂ, ਜੁਗਾਦ ਜਦੋਂ ਯੁੱਗਾਂ ਦੀ ਸ਼ੁਰੂਆਤ ਹੋਈ, ਹਰ ਯੁੱਗ ਵਿੱਚ ਗੁਰਦੇਵ ਦੀ ਮਹੱਤਤਾ ਹੈ। ਭਾਵ ਭਾਵੇਂ ਉਹ ਸਤਯੁਗ ਹੋਵੇ, ਤ੍ਰੇਤਾ ਹੋਵੇ, ਦੁਆਪਰ ਹੋਵੇ, ਕਲਯੁਗ ਹੋਵੇ, ਕਿਸੇ ਯੁੱਗ ਦੀ ਤੁਸੀਂ ਹਿਸਟਰੀ ਖੋਲ੍ਹ ਕੇ ਦੇਖੋ, ਗੁਰੂ ਦਾ ਜਿਹੜਾ ਮਹੱਤਵਪੂਰਨ ਰੁਤਬਾ ਹੈ ਉਹ ਹਰ ਯੁੱਗ ਵਿੱਚ ਕਾਇਮ ਰਿਹਾ। ਕਿਉਂਕਿ ਗੁਰੂ ਐਸਾ ਮੰਤਰ ਦਿੰਦਾ, ਹਰੀ ਨਾਮ ਦਾ ਉਪਦੇਸ਼ ਕਰਦਾ, ਜਿਸ ਨੂੰ ਜਪ ਉਦਰਾ, ਇੱਥੇ ਜਪ ਦੇ ਪੱਪੇ ਨੂੰ ਸਿਆਰੀ ਹੈ, ਹਰੀ ਦੇ ਨਾਮ ਨੂੰ ਜਪ ਕੇ ਇਸ ਸੰਸਾਰ ਸਾਗਰ ਤੋਂ ਉਦਰਾ ਤਰ ਗਿਆ। ਜਿਸ ਜਿਸ ਨੇ ਗੁਰੂ ਦੇ ਮੰਤਰ ਨੂੰ ਉਪਦੇਸ਼ ਨੂੰ ਲਿਆ, ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਗਿਆ। ਗੁਰਦੇਵ ਸੰਗਤ ਪ੍ਰਭ ਮੇਲ, ਹੁਣ ਇੱਥੇ ਪ੍ਰਭ ਦਾ ਪੱਬਾ ਮੁਕਤਾ ਹੈ, ਇੱਥੇ ਪ੍ਰਭ ਸੰਬੋਧਨ ਹੈ। ਹੇ ਪ੍ਰਭੂ, ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਗੁਰਦੇਵ ਸੰਗਤ ਪ੍ਰਭ ਮੇਲ, ਹੇ ਪ੍ਰਭੂ ਸਾਡੇ 'ਤੇ ਕਿਰਪਾ ਕਰੋ, ਸਾਨੂੰ ਗੁਰੂ ਦੀ ਸੰਗਤ ਵਿੱਚ ਮੇਲ ਲਓ। ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤ ਰਾਂ, ਸਾਡੇ 'ਤੇ ਕਿਰਪਾ ਕਰੋ। ਜਿਸ ਗੁਰੂ ਦੀ ਸੰਗਤ ਵਿੱਚ ਜੁੜ ਕੇ ਹਮ ਮੂੜ, ਸਾਡੇ ਵਰਗੇ ਮੂਰਖ ਪਾਪੀ ਜਿਹੜੇ ਹਨ, ਜਿਤ ਲਗ ਤਰਾਂ, ਲੱਗਦੇ ਗੱਗੇ ਨੂੰ ਸਿਆਰੀ ਹੈ, ਜਿਸ ਸੰਗਤ ਵਿੱਚ ਲੱਗ ਕੇ ਜੁੜ ਕੇ ਅਸੀਂ ਵੀ ਤਰ ਜਾਈਏ। ਗੁਰਦੇਵ ਸਤਿਗੁਰ ਪਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਗੁਰਦੇਵ ਹੀ ਸਤਿਗੁਰੂ, ਸੱਚਾ ਗੁਰੂ ਹੀ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੈ। ਇਸ ਲਈ ਨਾਨਕ ਜੀ ਫਰਮਾਉਂਦੇ ਨੇ, ਮੈਂ ਗੁਰਦੇਵ ਨੂੰ ਤਥਾ ਉਸ ਹਰੀ ਨੂੰ ਨਮਸਕਾਰ ਕਰਦਾ ਹਾਂ। ਲਓ ਸਤ ਸੰਗਤ, ਇਸ ਪਾਵਨ ਸਲੋਕ ਦੇ ਅੰਦਰ ਗੁਰਦੇਵ ਦੀ ਮਹੱਤਤਾ ਕਿੰਨੀ ਦ੍ਰਿੜਾਈ, ਅਤੇ ਇੱਥੇ ਤੱਕ ਫਰਮਾਇਆ ਗੁਰਮੰਤਰਹੀਣਸਿਆ ਜੋ ਪ੍ਰਾਣੀ ਤ੍ਰਿਘੰਤ ਜਨਮ ਭ੍ਰਸ਼ਟਣਾ, ਕੂਕਰਾ ਸ਼ੂਕਰਾ ਗਰਦਬਾ ਕਾਕਾ ਸਰਪਨਾ ਤੁਲਖਣਾ। ਆਓ ਅਸੀਂ ਆਪਣੇ ਜੀਵਨ ਨੂੰ ਸਫਲ ਬਣਾਉਣ ਲਈ ਗੁਰੂ ਦੀ ਸੰਗਤ ਕਰੀਏ, ਗੁਰੂ ਦਾ ਉਪਦੇਸ਼ ਸੁਣੀਏ, ਅੰਮ੍ਰਿਤ ਧਾਰੀ ਹੋਈਏ, ਅੰਮ੍ਰਿਤ ਵੇਲੇ ਉੱਠੀਏ, ਨਿਤਨੇਮ ਕਰੀਏ, ਅਤੇ ਉਹਨਾਂ ਵਿਕਾਰਾਂ ਤੋਂ ਬਚ ਕੇ ਆਪਣਾ ਜੀਵਨ ਸਫਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।